ਵੈਲਕਮ ਆਫਟਰ ਦਿਸ ਬ੍ਰੇਕ। ਅੱਜ ਅਸੀਂ ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ ਡਿਸਕਸ ਕਰ ਰਹੇ ਹਾਂ, ਪੰਜਾਬ ਆਮ ਆਦਮੀ ਪਾਰਟੀ ਦਾ ਕੀ ਸਰੂਪ ਚੱਲ ਰਿਹਾ, ਕੀ ਉਹਨਾਂ ਦੀ ਸਟ੍ਰੈਟਜੀ ਹੈ, ਕੀ ਉਹਨਾਂ ਦੇ ਦਿਮਾਗ 'ਚ ਚੱਲ ਰਿਹਾ। ਕੇਜਰੀਵਾਲ ਜੋ ਯੂ ਟਰਨ ਲੈਣ ਲਈ ਮਸ਼ਹੂਰ ਨੇ, ਇੱਕ ਯੂ ਟਰਨ ਉਹਨਾਂ ਨੇ ਹੋਰ ਲਿਆ ਕਿ ਹੁਣ ਸੁੱਚਾ ਸਿੰਘ ਛੋਟੇਪੁਰ ਦੇ ਘਰ ਆਪਣੇ ਲੀਡਰ ਭੇਜ ਕੇ ਉਹਨਾਂ ਨੂੰ ਰੁੱਸਿਆਂ ਨੂੰ ਮਨਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਆਓ ਜੀ ਸਾਡੀ ਪਾਰਟੀ ਜੁਆਇਨ ਕਰ ਲਓ। ਇਸ ਮਸਲੇ 'ਤੇ ਅਸੀਂ ਅੱਜ ਗੱਲ ਕਰ ਰਹੇ ਹਾਂ, ਸਾਡੇ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਇਹਨਾਂ ਨਾਲ ਆਪਾਂ ਗੱਲ ਕਰਦੇ ਹਾਂ। ਹੈਲੋ, ਤੁਸੀਂ ਕੌਣ ਹੋ, ਕਿੱਥੋਂ ਬੋਲ ਰਹੇ ਹੋ ਜੀ? ਸਤਿ ਸ਼੍ਰੀ ਅਕਾਲ। ਹੈਲੋ ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਗੁਰਦੇਵ ਸਿੰਘ ਭੋਗਲ ਯੂਕੇ ਤੋਂ ਬੋਲ ਰਿਹਾ। ਹਾਂਜੀ ਭੋਗਲ ਜੀ, ਕੈਸੇ ਜੀ? ਸਤਿ ਸ਼੍ਰੀ ਅਕਾਲ, ਠੀਕ ਹੋ ਆਪ? ਬਿਲਕੁਲ ਠੀਕ ਠਾਕ ਆ ਜੀ। ਸ਼ਰਮਾ ਜੀ ਬਹੁਤ ਵਧੀਆ, ਅੱਜ ਤੁਸੀਂ ਭੂਮਿਕਾ ਬੰਨੀ ਜਿਹੜੀ ਆ ਜੀ ਜੀ ਜੀ, ਤੇ ਆਮ ਆਦਮੀ ਪਾਰਟੀ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਜੋ ਕੁਝ ਉੱਥੇ ਬਣ ਰਿਹਾ ਜੀ ਜੀ, ਤੇ ਸ਼ਰਮਾ ਜੀ ਗੱਲ ਇਹ ਆ ਵੀ ਦੇਖੋ, ਸੁੱਚਾ ਸਿੰਘ ਨੇ ਆਪ ਕਿਹਾ ਵੀ ਮੈਨੂੰ ਬੜਾ ਬੇਪਤ ਕਰਕੇ, ਮੈਨੂੰ ਅਪਮਾਨ ਕਰਕੇ ਕੱਢਿਆ ਗਿਆ ਪਾਰਟੀ ਚੋਂ ਜੀ। ਪਰ ਜੇ ਹੁਣ ਉਹ ਜੇ ਹੁਣ ਕਹਿੰਦੇ ਜੇ ਇੰਨੇ 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 ਇੰਨਾ ਇੰਨੀ ਬੇਪਤੀ ਝੱਲ ਕੇ, ਇੰਨਾ ਅਪਮਾਨ ਝੱਲ ਕੇ ਜੇ ਮੁੜ ਕੇ ਉਹ ਕੇਜਰੀਵਾਲ ਦੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਵੀ ਜਾਂਦੇ ਨੇ, ਤਾਂ ਫਿਰ ਲੋਕੀ ਇਹ ਕਹਿਣਗੇ ਨਾ ਵੀ ਯਾਰ ਅਣਖ ਕਿੱਧਰ ਗਈ ਤੁਹਾਡੀ? ਫਿਰ ਉਹੀ ਗੱਲ ਅਸੀਂ ਕਰ ਰਹੇ ਨਾ ਜੀ ਕਿ ਅਣਖ ਕਿਉਂ, ਜੋ ਪੋਲੀਟੀਕਲ ਜਿਹੜਾ ਸਰਵਾਈਵਲ ਹੈ ਉਹ ਜ਼ਰੂਰੀ ਹੈ। ਕਿਹੜੀ ਚੀਜ਼, ਕਿਹੜੀ ਸ਼ਾਇਦ ਦਾ ਨਾਂ ਹੋਇਆ ਫਿਰ? ਜੀ ਜੀ ਸਹੀ ਹੈ, ਇਹਦਾ ਲੋਕੀ ਕਹਿਣਗੇ ਨਾ ਵੀ ਇਹਨੂੰ ਇਹਨੂੰ ਸਿਆਸਤ ਜ਼ਿਆਦਾ ਅਣਖ ਨਾਲੋਂ ਸਿਆਸਤ ਚੰਗੀ ਲੱਗੀ ਵੀ ਉਹਨਾਂ ਨੂੰ ਕਹਿਣਗੇ ਨਾ। ਜੀ ਜੀ ਜੀ, ਇਸ ਕਰਕੇ ਮੈਂ ਆਪਣਾ ਪੱਖ ਰੱਖ ਰਿਹਾ, ਕੋਈ ਵੀਰ ਮੇਰਾ ਗੁੱਸਾ ਨਾ ਕਰੇ ਆਮ ਆਦਮੀ ਪਾਰਟੀ ਵਾਲੇ। ਕੀ ਸੋਚਦੇ ਹੋ? ਮੈਂ ਤਾਂ ਆਪਣਾ ਆਪਣਾ ਸੁਝਾਅ ਰਿਹਾ, ਮੇਰੀ ਕੋਈ ਪਾਰਟੀ, ਮੈਂ ਸ਼ਰਮਾ ਜੀ ਮੈਂ ਕਲੀਅਰ ਕਰਦਾ, ਤੁਹਾਡੇ ਪ੍ਰੋਗਰਾਮ 'ਚ ਮੈਂ ਤੁਸੀਂ ਪਹਿਲੀ ਵਾਰੀ ਤੋਂ ਆਏ ਹੋ ਐਜ਼ ਏ ਪ੍ਰੈਜੈਂਟਰ ਪੇਸ਼ਕਾਰ, ਮੈਂ ਕਿਸੇ ਮੇਰੀ ਪੋਲੀਟੀਕਲ ਕੋਈ ਪਾਰਟੀ ਨਹੀਂ, ਮੈਂ ਤਾਂ ਆਪਣਾ ਪੱਖ ਰੱਖਦਾ ਉਹਨਾਂ ਹਮੇਸ਼ਾ ਹੀ। ਜੀ ਜੀ ਜੀ, ਤੇ ਜੇ ਸੁੱਚਾ ਸਿੰਘ ਹੋਰੀ ਇੰਨੇ ਇੰਨਾ ਮਹਿਸੂਸ ਕਰਦੇ ਨੇ ਕਿ ਮੈਨੂੰ ਇੰਨਾ ਇੰਨਾ ਅਪਮਾਨਿਤ ਕਰਕੇ ਕੱਢਿਆ, ਮੈਨੂੰ ਇੰਨੀ ਮੇਰੀ ਬੇਪਤੀ ਹੋ ਗਈ ਆ, ਤੇ ਫਿਰ ਇਹਨਾਂ ਨੂੰ ਬਿਲਕੁਲ ਜਾਣ ਦੀ ਸੋਚਣ ਦੀ ਲੋੜ ਨਹੀਂ ਚਾਹੀਦੀ। ਖਸਮਾਂ ਖਾਂਦੀ ਆ ਸਿਆਸਤ, ਸਿਆਸਤ ਕੋ ਅਣਖ ਨਾਲੋਂ ਇੱਜ਼ਤ ਨਾਲੋਂ ਸਿਆਸਤ ਕੋ ਵੱਡੀ ਥੋੜ੍ਹੀ ਆ। ਪਰ ਭੋਗਲ ਜੀ, ਇੱਕ ਤਾਂ ਸਿਆਸਤ ਨੂੰ ਤਾਂ ਕਹਿੰਦੇ ਮੌਕਾ ਪ੍ਰਸਤਾਂ ਦੀ ਹੁੰਦੀ ਹੈ ਸਿਆਸਤ, ਮੌਕਾ ਪ੍ਰਸਤੀ ਬਿਲਕੁਲ, ਤੁਸੀਂ ਮੈਨੂੰ ਕਿੰਨੀ ਵਾਰੀ ਸੁਣਿਆ ਹਰਕੀਰ ਸਿੰਘ ਹੋਣਾ ਦੇ ਪ੍ਰੋਗਰਾਮ ਦੇ ਵਿੱਚ ਵੀ ਜਿਹੜੀ ਉੱਥੇ ਜਿਹੜੀ ਸਿਆਸਤ ਵਾ, ਮੈਂ ਤਾਂ ਕਹਿੰਦਾ ਵਾਹਿਗੁਰੂ ਮਿਹਰ ਕਰੇ ਵੀ ਜਿੰਨੀ ਗੰਦੀ ਸਿਆਸਤ ਉਸ ਧਰਤੀ ਤੇ, ਮੈਂ ਕਹਿੰਦਾ ਕਿ ਜ਼ਿੰਦਗੀ ਸਾਰੀ ਦੁਨੀਆ 'ਚ ਨਹੀਂ ਕਿਤੇ ਹੋਣੀ। ਨਹੀਂ, ਪੰਜਾਬ ਦੇ ਵਿੱਚ ਤਾਂ ਇਹ ਦੇਖਿਆ ਕਿ ਤੁਸੀਂ ਮੌਕਾ ਪ੍ਰਸਤੀ ਬਹੁਤ ਹੁੰਦੀ ਹੈ, ਜਦੋਂ ਮਨਪ੍ਰੀਤ ਬਾਦਲ ਨੇ ਉਹ ਪਾਰਟੀ ਛੱਡ ਕੇ ਇੱਧਰ ਆ ਜਾਂਦੇ ਨੇ, ਕਦੀ ਨਵਜੋਤ ਸਿੰਘ ਸਿੱਧੂ ਨੇ ਉਹ ਬੀਜੇਪੀ ਛੱਡ ਕੇ ਕਾਂਗਰਸ 'ਚ ਚਲੇ ਜਾਂਦੇ ਹੈ, ਸੁੱਚਾ ਸਿੰਘ ਛੋਟੇਪੁਰ ਨੂੰ ਤੁਸੀਂ ਕੱਢ ਦਿੰਦੇ ਹੋ ਤਾਂ ਉਹ ਨਵੀਂ ਪਾਰਟੀ ਬਣਾ ਲੈਂਦੇ ਹੈ। ਜੀ ਬਿਲਕੁਲ, ਮੌਕਾ ਪ੍ਰਸਤ ਨੇ ਸਾਰੇ 99.9% ਮੌਕਾ ਪ੍ਰਸਤ ਨੇ, ਇਹਨਾਂ ਇਹਨਾਂ ਲੋਕਾਂ ਨੂੰ ਸਿਆਸਤ ਚਾਹੀਦੀ ਹੈ, ਇਹਨਾਂ ਨੂੰ ਅਣਖ ਇਹ ਤੇ ਮੈਂ ਤਾਂ ਲੱਗਦਾ ਕਈ ਵਾਰੀ ਇੱਦਾਂ ਵੀ ਲੱਗਦਾ ਵੀ ਐਵੇਂ ਯਾਰ ਗੱਲਾਂ ਬਾਤਾਂ ਆਈਆਂ ਵੀ ਅਸੀਂ ਸਾਡਾ ਜੀ ਇੱਦਾਂ ਹੋ ਗਿਆ, ਅਸੀਂ ਬੇਪਤ ਹੋ ਗਿਆ ਵੀ ਇਹਨਾਂ ਨੂੰ ਸਿਆਸਤ ਚਾਹੀਦੀ ਹੈ, ਕੁਰਸੀਆਂ ਚਾਹੀਦੀਆਂ। ਤੇ ਸ਼ਰਮਾ ਜੀ ਕਿਹਨੂੰ ਨਹੀਂ ਪਤਾ ਵੀ ਕੁਰਸੀਆਂ ਕਿਉਂ ਚਾਹੀਦੀਆਂ, ਕਿਉਂਕਿ ਫਿਰ ਉੱਥੇ ਜਾਇਦਾਦਾਂ ਬਣਦੀਆਂ, ਉੱਥੇ ਕੋਠੀਆਂ ਬਣਦੀਆਂ, ਉੱਥੇ ਰੈਸਟੋਰੈਂਟ ਬਣਦੇ ਨੇ, ਸਾਰਿਆਂ ਨੂੰ ਪਤਾ ਹੀ ਆ ਨਾ ਜੀ। ਤੇ ਇੱਕ ਗੱਲ ਦੱਸੋ ਭੋਗਲ ਜੀ, ਕੇਜਰੀਵਾਲ ਦੀ ਹੁਣ ਐਸੀ ਕੀ ਮਜਬੂਰੀ ਕਿ ਯੂ ਟਰਨ ਲੈਣ ਲਈ ਮਸ਼ਹੂਰ ਨੇ, ਹੁਣ ਤੇ ਪੰਜਾਬ ਦੇ ਵਿੱਚ ਵੀ ਯੂ ਟਰਨ ਵੱਡਾ ਲੈ ਲਿਆ ਉਹਨਾਂ ਨੇ? ਬਹੁਤ ਵੱਡਾ ਉਹਨਾਂ, ਇਹਦੇ ਪਿੱਛੇ ਬੜਾ ਕੋਈ ਨਾ ਕੋਈ ਸਾਜ਼ਿਸ਼ ਤੇ ਹੈ, ਕੋਈ ਭੇਤ ਤੇ ਹੈ। ਸਾਜ਼ਿਸ਼ ਨਹੀਂ, ਮਜਬੂਰੀ ਲੱਗਦੀ ਹੈ, ਬਿਲਕੁਲ ਬਿਲਕੁਲ ਇਹ ਮਜਬੂਰੀ ਲੱਗਦੀ ਹੈ। ਮੈਂ ਤਾਂ ਕਈ ਵਾਰੀ ਇਹ ਵੀ ਆਪਣੇ ਯਾਰਾਂ ਦੋਸਤਾਂ ਨਾਲ ਜਦੋਂ ਸ਼ਰਮਾ ਜੀ ਗੱਲ ਕਰੀਦੀ ਆ ਨਾ, ਮੈਂ ਤਾਂ ਇਹ ਵੀ ਕਹਿੰਦਾ ਵੀ ਜਿਹਨਾਂ ਲੋਕਾਂ ਨੂੰ ਕੇਜਰੀਵਾਲ ਦੇ ਆਪ ਕੱਢਿਆ, ਅਪਮਾਨਿਤ ਕਰਕੇ ਕੱਢਿਆ, ਬੇਇੱਜ਼ਤ ਕਰਕੇ ਕੱਢਿਆ, ਉਹ ਜਾਂ ਆਪ ਜਿਹੜੇ ਛੱਡ ਕੇ ਚਲੇ ਗਏ ਨੇ ਕਿ ਉਹਨਾਂ ਦੀਆਂ ਨੀਤੀਆਂ ਸਾਫ਼ ਨਹੀਂ ਸਨ, ਕੁਝ ਨੀਤੀਆਂ ਨੂੰ ਉਹਨਾਂ ਦੀਆਂ ਕੁਝੀਆਂ ਨੀਤੀਆਂ ਨੂੰ ਛੱਡ ਕੇ ਬੁਰੀਆਂ ਨੀਤੀਆਂ ਨੂੰ ਛੱਡ ਕੇ ਚਲੇ ਗਏ ਨੇ, ਉਹਨਾਂ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਸਗੋਂ ਇੱਕ ਹੋਰ ਪਾਰਟੀ ਬਣਾ ਲੈਣੀ ਚਾਹੀਦੀ ਆ। ਜੀ ਜੀ ਜੀ, ਮੈਂ ਤਾਂ ਇੱਦਾਂ ਕਹਿੰਦਾ ਮੇਰਾ ਖਿਆਲ ਹੈ, ਚਲੋ ਮੈਂ ਆਪਣਾ ਪੱਖ ਰੱਖ ਰਿਹਾ, ਪਰ ਮੈਂ ਜਿਹੜੇ ਜਿਹਨਾਂ ਨੇ ਵਾਪਸ ਵੀ ਜਾਣਾ ਹੈ ਨਾ ਪਾਰਟੀ ਦੇ ਵਿੱਚ, ਉਹਨਾਂ ਨੂੰ ਤਾਂ ਮੈਂ ਸ਼ਰਮਾ ਜੀ ਮੈਂ ਬਹੁਤਾ ਸਮਾਂ ਨਹੀਂ ਲੈਣਾ, ਮੈਂ ਤਾਂ ਪੱਖ ਰੱਖ ਰਿਹਾ, ਉਹਨਾਂ ਨੂੰ ਮੈਂ ਇਹ ਬੇਨਤੀ ਜ਼ਰੂਰ ਕਰਦਾ ਵੀ ਜੋਸ਼ ਵਿੱਚ ਆ ਕਦੇ ਹੋਸ਼ ਨਾ ਗਵਾਈਏ, ਸਹੀ ਹੈ ਜੀ, ਜੋਸ਼ ਵਿੱਚ ਆ ਕਦੇ ਹੋਸ਼ ਨਾ ਗਵਾਈਏ, ਲੀਡਰਾਂ ਦੇ ਕੱਖੋਂ ਹੌਲੇ ਲਾਰਿਆਂ ਤੋਂ ਬਚੀਏ, ਪਿਆਰ ਦੀਆਂ ਪੀਂਘਾਂ ਪਾਰ ਰੋਲ ਦੇਣ ਪੱਤ ਜਿਹੜੇ ਇਹੋ ਜਿਹੇ ਆਪਣੇ ਪਿਆਰਿਆਂ ਤੋਂ ਬਚੀਏ। ਠੀਕ ਗੱਲ ਹੈ ਜੀ, ਹੁਣ ਉਹਦਾ ਭਰੋਸਾ, ਹੁਣ ਜੇ ਇੱਕ ਵਾਰੀ ਇੰਨਾ ਬੇਪਤੀ ਕਰਕੇ ਕੱਢਿਆ ਤੇ ਹੁਣ ਸੁੱਚਾ ਸਿੰਘ ਹੋਰੀ ਉਹਦਾ ਭਰੋਸਾ ਕਰ ਵੀ ਕਿਵੇਂ ਲੈਣਗੇ? ਜੇ ਕਰਨਗੇ ਤਾਂ ਫਿਰ ਜਿੰਨੇ ਮੂੰਹ ਤੇ ਉਨੀਆਂ ਗੱਲਾਂ ਤੇ ਸ਼ਰਮਾ ਜੀ ਹੋਣਗੀ ਹੈ ਨਾ ਫਿਰ। ਜੀ ਜੀ, ਜੋਸ਼ ਵਿੱਚ ਆ ਕਦੇ ਹੋਸ਼ ਨਾ ਗਵਾਈਏ, ਲੀਡਰਾਂ ਦੇ ਕੱਖੋਂ ਹੌਲੇ ਲਾਰਿਆਂ ਤੋਂ ਬਚੀਏ, ਓਏ ਪਿਆਰ ਦੀਆਂ ਪੀਂਘਾਂ ਪਾਰ ਰੋਲ ਦੇਣ ਪੱਤ ਜਿਹੜੇ ਇਹੋ ਜਿਹੇ ਆਪਣੇ ਪਿਆਰਿਆਂ ਤੋਂ ਬਚੀਏ, ਓਏ ਹਾਸਿਆਂ ਦੇ ਪਿੱਛੇ ਕਈ ਹਾਸੇ ਛੁਪਾਏ ਹੁੰਦੇ, ਤੁਸੀਂ ਕਹਿੰਦੇ ਇਹਦੇ ਪਿੱਛੇ ਕਿਹੜੀ ਕੋਈ ਚਾਲ ਵਾ, ਕੀ ਗੱਲ ਕੀ ਆ,
ਇਹ ਮੈਂ ਜਵਾਬ ਦੇ ਰਿਹਾ। ਹਾਸਿਆਂ ਦੇ ਪਿੱਛੇ ਕਈ ਹਾਸੇ ਛੁਪਾਏ ਹੁੰਦੇ, ਹਰ ਵੇਲੇ ਉਹਨਾਂ ਹਥਿਆਰਿਆਂ ਤੋਂ ਬਚੀਏ। ਓਏ ਜ਼ਿੰਦਗੀ ਦਾ ਮੁੱਲ ਭੋਗਲ ਭੋਰਾ ਵੀ ਨਾ ਪਾਉਣ ਜਿਹੜੇ, ਇਹੋ ਜਿਹੇ ਕੋਝਿਆਂ ਦੇ ਕਾਰਿਆਂ ਤੋਂ ਬਚੀਏ ਯਾਰੋ, ਇਹੋ ਜਿਹੇ ਕੋਝਿਆਂ ਦੇ ਕਾਰਿਆਂ ਤੋਂ ਬਚੀਏ। ਮੇਰੀ ਇਹ ਬੇਨਤੀ ਹੈ ਇਹਨਾਂ ਲੋਕਾਂ ਨੂੰ। ਬਹੁਤ ਹੀ ਸ਼ਾਨਦਾਰ ਤੁਸੀਂ ਲਿਖਿਆ ਪਗਲ ਜੀ, ਬਹੁਤ ਵਧੀਆ ਤੁਸੀਂ ਆਪਣੇ ਵਿਚਾਰ ਸਾਰਿਆਂ ਨਾਲ ਸ਼ੇਅਰ ਕੀਤੇ। ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਅਤੇ ਤੁਸੀਂ ਦੇਖਿਆ ਜਿਸ ਤਰ੍ਹਾਂ ਸਾਡੇ ਸੂਝਵਾਨ ਦਰਸ਼ਕ ਨੇ, ਉਹ ਉਹਨਾਂ ਨੂੰ ਲੰਡਨ ਤੋਂ ਫੋਨ ਕਰਕੇ ਦੱਸ ਰਹੇ ਨੇ, ਉਹ ਵੀ ਇਹ ਮੰਨਦੇ ਨੇ, ਦਰਸ਼ਕ ਵੀ ਇਹ ਮੰਨਦੇ ਨੇ ਕਿ ਹੁਣ ਅਗਲਾ ਸਟੈਪ ਸੁੱਚਾ ਸਿੰਘ ਛੋਟੇਪੁਰ ਕੀ ਲੈਣਗੇ, ਇਹ ਦੇਖਣ ਦੀ ਲੋੜ ਹੈ। ਇੱਕ ਦਰਸ਼ਕ ਹੋਰ ਸਾਡੇ ਨਾਲ ਜੁੜ ਗਏ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਹੋ, ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ ਗੁਲਜ਼ਾਰ ਸਿੰਘ ਜੀ, ਕੀ ਹਾਲ ਹੈ ਜੀ? ਠੀਕ ਹੈ ਜੀ, ਆਪਣੇ ਹਾਲ। ਹਾਂਜੀ ਦੱਸੋ ਜੀ, ਅੱਜ ਦੇ ਇਸ ਮਸਲੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮਸਲੇ ਬਾਰੇ, ਇਹ ਪੰਜਾਬ ਦਾ ਮਸਲਾ ਬਹੁਤ ਗੰਭੀਰ ਹੋਇਆ ਹੋਇਆ ਜੀ। ਇਹਨਾਂ ਨੇ, ਪਾਰਟੀਆਂ ਨੇ ਬਾਹਰਲੇ ਲੋਕਾਂ ਤੋਂ ਪੈਸੇ ਕਮਾਉਣ ਦਾ ਸਾਧਨ ਬਣਾਇਆ ਹੋਇਆ ਜੀ। ਹੁਣ ਕੇਜਰੀਵਾਲ ਨੂੰ ਕੋਈ ਪੈਰੋਂ ਪੈਸਾ ਨਹੀਂ ਜਾਂਦਾ ਜੀ, ਇਸ ਕਰਕੇ ਉਹਦੀਆਂ ਮਿਹਨਤਾਂ ਤਰਲੇ ਕਰਦੇ ਆ। ਨਹੀਂ ਤੇ ਹੁਣ ਇੱਕ ਜਿਹੜਾ ਯੂ ਟਰਨ ਲਿਆ ਛੋਟੇਪੁਰ ਦੇ ਦਰਵਾਜ਼ੇ ਤੇ ਜਾ ਕੇ ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਤਰਲੇ ਮਿੰਤਾ ਕਰ ਰਹੇ ਕਿ ਆਜੋ ਵਾਪਸ, ਉਹਨਾਂ ਨੂੰ ਕੀ ਲੋੜ ਆ ਫਿਰ? ਇੱਕ ਬੰਨੇ ਇੱਕ ਆਦਮੀ ਨੂੰ ਖੜ ਦਿੱਤਾ ਜਾਂਦਾ, ਉਹਦੀ ਮੁੜ ਕੇ ਫਿਰ ਲੋੜ ਪੈਂਦੀ ਆ। ਤੁਸੀਂ ਕੀ ਸੋਚ ਰੱਖਦੇ ਹੋ ਕਿ ਕੇਜਰੀਵਾਲ ਦੇ ਦਿਮਾਗ 'ਚ ਕੀ ਚੱਲ ਰਿਹਾ ਇਸ ਟਾਈਮ? ਕੇਜਰੀ ਦਿਮਾਗ ਦੇ ਵਿੱਚ ਇਹ ਚੱਲ ਰਿਹਾ ਵਾ, ਮੈਨੂੰ ਪੰਜਾਬ ਦੇ ਉੱਤੋਂ ਹੁਣ ਕੁਝ ਆ ਨਹੀਂ ਰਿਹਾ ਜੀ। ਪਰ ਸਿਆਸਤਦਾਨਾਂ ਤੇ ਲੋਕੀ ਭਰੋਸਾ ਕਰ ਸਕਦੇ? ਛੋਟੇ ਪਰ ਖਹਿਰੇ ਨੇ ਇਹਦੇ ਨਾਲ ਗੱਲਬਾਤ ਕੀਤੀ ਸੀਗੀ, ਦੂਸਰੀ ਪਾਰਟੀ ਵਾਲੇ ਜੋ ਉਹ ਵੱਖਰੀ ਕਰਦੇ ਆ, ਖਹਿਰੇ ਨੇ ਵੀ ਕੀਤੀ ਸੀ। ਖਹਿਰੇ ਦੇ ਨਾਲ ਇਹਦਾ ਤਾਲਮੇਲ ਖੋ ਚੁੱਕਾ ਸੀ ਥੋੜ੍ਹਾ ਜਿਹਾ, ਉਹ ਉੱਪਰ ਦੀ ਪੈ ਕੇ ਉਹਨੂੰ ਆਪਣੇ ਨਾਲ ਰਲਾਉਣਾ ਚਾਹੁੰਦੇ ਆ। ਅਕਸਰ ਜੋ ਖਹਿਰਾ ਬਣ ਸਕਦਾ ਇਹ ਦੂਸਰੀ ਪਾਰਟੀ ਵਾਲੇ ਹੁਣ ਨਹੀਂ ਬਣ ਸਕਦੇ। ਨਹੀਂ ਹੁਣ ਤਾਂ ਪਾਰਟੀ ਵਾਲੇ ਕਹਿੰਦੇ ਜੀ ਕਿ ਅਸੀਂ ਇਹਨਾਂ ਦੀ ਬੜੀ ਇੱਜ਼ਤ ਕਰਦੇ ਹਾਂ ਸੁੱਚਾ ਸਿੰਘ ਛੋਟੇਪੁਰ ਦੀ, ਇਹ ਸਾਡੇ ਤੋਂ ਜੋ ਕਹਿਣਗੇ ਅਸੀਂ ਇਹਨਾਂ ਦੀ ਗੱਲਾਂ ਮੰਨਣ ਨੂੰ ਤਿਆਰ ਹਾਂ। ਇਹ ਹੁਣ ਇਸ ਤਰ੍ਹਾਂ ਦੀ ਕਿਉਂ ਕਰ ਰਹੇ ਨੇ? ਹੁਣ ਖਹਿਰੇ ਨੂੰ ਪਲਟ ਕਰਕੇ ਇਹਨੂੰ ਪ੍ਰਧਾਨ ਬਣਾ ਕੇ ਉਹਦੇ ਉੱਪਰ ਵੀ ਫਿਰ ਕਰਨਗੇ। ਮਤਲਬ ਮੌਕਾ ਪ੍ਰਸਤੀ ਦੀ ਸਿਆਸਤ ਹੈ, ਕੇਜਰੀਵਾਲ ਨੂੰ ਲੋੜ ਪਈ ਤੇ ਇਹਨਾਂ ਦੇ ਘਰ ਚਲੇ ਗਏ, ਅੱਜ ਛੋਟੇਪੁਰ ਨੂੰ ਲੋੜ ਪਏਗੀ ਆਪਣੇ ਸਿਆਸੀ ਸਰਵਾਈਵਲ ਵਾਸਤੇ ਤੇ ਉਹ ਫਿਰ ਆਮ ਆਦਮੀ ਪਾਰਟੀ ਚਲੇ ਜਾਣਗੇ। ਇਸ ਮੌਕਾ ਪ੍ਰਸਤੀ ਸਾਰੀ ਚਲੋ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਠੀਕ ਗੱਲ ਹੈ ਜੀ, ਠੀਕ ਹੈ ਜੀ। ਹੁਣ ਸਾਡੇ ਦਰਸ਼ਕ ਜੋ ਕੰਮ ਕੀਤੇ ਹੋਏ ਆ ਉਹ ਆਪਣੀ ਹਾਰ ਨਹੀਂ ਮੰਨਦੇ ਆ। ਹਰ ਪਾਰਟੀ ਦਾ ਆਪਣਾ ਆਪਣਾ ਦੇਖੋ ਜੀ ਏਜੰਡਾ ਹੈ, ਆਪਣਾ ਆਪਣਾ ਤਰੀਕਾ। ਅਸੀਂ ਅੱਜ ਆਮ ਆਦਮੀ ਪਾਰਟੀ ਦਾ ਤਰੀਕਾ ਜੋ ਇੱਕ ਪੋਲੀਟੀਕਲ ਸਰਵਾਈਵਲ ਲੱਭ ਰਹੀ ਆਮ ਆਦਮੀ ਪਾਰਟੀ ਪੰਜਾਬ 'ਚ, ਉਹ ਨਹੀਂ ਕਿ ਰਸਤਾ ਇੱਥੋਂ ਤੱਕ ਇਸ ਮੋੜ 'ਤੇ ਆ ਗਈ ਪਾਰਟੀ। ਨਹੀਂ ਨਹੀਂ ਆਹ ਤਾਂ ਹੈ ਕਿ ਪੰਜਾਬ ਦੀ ਹੁਣ ਪਾਰਟੀ ਹੁਣ ਇੱਥੇ ਇਸ ਮੋੜ ਤੱਕ ਆ ਗਈ ਕਿ ਹੁਣ ਆਪਣਾ ਸਰਵਾਈਵਲ ਲੱਭ ਰਹੀ। ਠੀਕ ਕਹਿੰਦੇ ਜੀ, ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ, ਸਤਿ ਸ਼੍ਰੀ ਅਕਾਲ ਜੀ। ਸਾਡੇ ਨਾਲ ਹੋਰ ਵੀ ਦਰਸ਼ਕ ਜੁੜ ਗਏ ਨੇ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਦਰਸ਼ਕੋ ਕਿ ਇਹ ਸਾਰੇ ਲੋਕ ਕਹਿ ਰਹੇ ਨੇ ਕਿ ਮੌਕਾ ਪ੍ਰਸਤੀ ਹੈ। ਮੌਕਾ ਪ੍ਰਸਤੀ ਦੇ ਬਾਰੇ ਹੁਣ ਲੋਕ ਕੀ ਕਹਿਣਾ ਚਾਹੁੰਦੇ ਆ ਗੱਲ ਕਰਦੇ ਹਾਂ ਦਰਸ਼ਕ ਸਾਡੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਹੋ, ਕਿੱਥੋਂ ਬੋਲੋ ਜੀ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਮੈਂ ਰਣਜੀਤ ਸਿੰਘ ਬੋਲ ਰਿਹਾ ਜੀ ਲੰਡਨ ਤੋਂ। ਹਾਂਜੀ ਰਣਜੀਤ ਸਿੰਘ ਜੀ, ਕੀ ਹਾਲ ਹੈ ਜੀ, ਸਭ ਠੀਕ ਹੈ? ਬਸ ਮਿਹਰਬਾਨੀ, ਤੁਸੀਂ ਸੁਣਾਓ, ਬਹੁਤ ਸੋਹਣਾ ਪ੍ਰੋਗਰਾਮ ਕਰ ਰਹੇ ਹੋ। ਨਹੀਂ ਜੀ, ਬਸ ਤੁਹਾਡਾ ਦਰਸ਼ਕਾਂ ਦਾ ਆਸ਼ੀਰਵਾਦ ਹੈ ਸਭ ਦਾ। ਮੈਂ ਤਾਂ ਸ਼ਾਰਟਕਟ ਗੱਲ ਹੀ ਕਰ ਰਹੀ ਤਾਂ ਕਿ ਹੋਰਨਾਂ ਨੂੰ ਵੀ। ਜੀ ਜੀ ਦੱਸੋ ਜੀ, ਹਾਂ ਬਹੁਤ ਸਾਰੇ ਦਰਸ਼ਕ ਅੱਜ ਫੋਨ ਕਰ ਰਹੇ ਨੇ। ਮੈਂ ਤਾਂ ਇਹ ਕਹੂੰਗਾ ਜੇ ਕੇਜਰੀਵਾਲ ਹੋਵੇ ਚਾਹੇ ਕੋਈ ਹੋਵੇ ਜੀ, ਉਹਨਾਂ ਨੂੰ ਨਾ ਆਪਦੀ ਪੰਜਾਬ ਪਾਰਟੀ ਬਣਾਉਣੀ ਚਾਹੀਦੀ ਹੈ। ਕੇਜਰੀਵਾਲ ਤੇ ਨਾ ਉਹਨਾਂ ਨੂੰ ਕਿਸੇ ਨੂੰ ਟਰਸਟ ਕਰਨਾ ਚਾਹੀਦਾ ਐਨੀ ਮੋਰ, ਤੇ ਨਾ ਉਹਦੀ ਬੈਕ ਕਰਨੀ ਚਾਹੀਦੀ ਹੈ। ਉਹਨਾਂ ਨੂੰ ਪਾਸੇ ਕਰਕੇ ਆਪਦੀ ਪਾਰਟੀ ਪੰਜਾਬ ਪਾਰਟੀ ਬਣਾਉਣ, ਕੁਛ ਵੀ ਕਰ ਆਪਦੀ ਪਾਰਟੀ ਬਣਾਉਣ। ਉਹ ਤੇ ਹੈਗੀ ਹੈ ਨਾ ਜੀ, ਦਿੱਲੀ ਦੇ ਵਿੱਚ ਤਾਂ ਬੈਠੇ ਹੀ ਆ ਉਹ, ਦਿੱਲੀ ਦੇ ਵਿੱਚ ਚੱਲਦੀ ਪਈ ਪਾਰਟੀ, ਉਹਨਾਂ ਨੇ ਪੰਜਾਬ ਦੀ ਜਿਹੜੀ ਯੂਨਿਟ ਆ ਉਹਨੂੰ ਬਣਾਇਆ ਹੋਇਆ, ਜਿੱਥੇ ਲੜਾਈ ਝਗੜੇ ਰੋਜ਼ ਸੁਣਨ 'ਚ ਆਉਂਦੇ ਨੇ। ਹਾਂਜੀ, ਜੇਕਰ ਦਿੱਲੀ ਦੇ ਵਿੱਚ ਬੈਠੇ ਆ ਉਹ ਦਿੱਲੀ 'ਚ ਬੈਠੇ ਰਹਿਣ, ਉਹਨੂੰ ਬੈਠੇ ਰਹਿਣ ਦਿਓ। ਲੇਕਿਨ ਜਿਹੜਾ ਬੰਦਾ ਬਾਰ ਬਾਰ ਕੇਜਰੀਵਾਲ ਦੇ ਟਰਸਟ ਕਰਦਾ ਨਾ, ਅਸੀਂ ਫਿਰ ਖੂਹ 'ਚ ਡਿੱਗਣਾ।
अच्छा एक गल होर दसना जी, तुसीं साडे नाल गल कर रहे हो, यह दसो जो केजरीवाल रिमोट कंट्रोल दे नाल दिल्लियों चलांदे ने पार्टी, क्या यह भी झगड़े की वजह बनी है पंजाब दे विच? इत्थे असीं देख ही रहे बनी है, तुसीं तुसीं इहदे ते की सोचदे हो? बिल्कुल इह भी बनी है, सारे पैसे इकट्ठे करके उह सारे दिल्ली लै गए है, सारे पैसे दिल्ली लै गए, उह कट पंजाब दे बारे कीता की उहनां ने पाणियां बारे केजरीवाल नहीं बोलता पार्टी वापस, वह छोटेपुर जिन्होंने दो साल पहला पार्टी ने रिश्वत लैन के इल्जाम च टिकटां के नाम से पैसे इकट्ठे करने के इल्जाम से बहुत ही बेइज्जत करके पार्टी चो कढ़िया सी, अज उस छोटेपुर के घर के बाहर यह जाके लीडर खड़े ने उन्होंने घर के बाहर। ठीक है जी, शुक्रिया जी, बहुत बहुत गल करने लई साडे नाल होर भी दर्शक जुड़ गए ने। हाँ जी, सत श्री अकाल जी, तुसी कौन हो, कित्थों बोल रहे हो जी? हेलो हाँ जी, हाँ जी जी, हेलो शर्मा जी जी, दसो जी, सत श्री अकाल जी, कौन की शुभ नाम? शर्मा जी, मैं लश्कर बोल रहा हूँ। अच्छा ओके जी, सत श्री अकाल जी, बहुत बहुत दसो जी, तुसी इस मसले बारे की सोचते हो? दसो जी, दसो जे उहदा छोटे पुत्र नूं जाणा नहीं चाहिदा मेरे ख्याल नाल, जे जाणा चाहिदा तां खैरे नूं नाल लैके जाणा चाहिदा। देखो सियासत च हुंदा है कभी हां कभी ना, अगर छोटेपुर नूं मिलके आए ने ते ना ते उहने छोटेपुर ने हले ना भी नहीं जे कीती, पर ना भी नहीं कीती, हाँ भी नहीं कीती अजे। हाँ जी, ना भी नहीं कीती तां हाँ भी नहीं कीती, फिर जे जाणा तां ना जिहदा अपनी पार्टी जुदा जे अपना पंजाब दा जुदी आम आदमी पार्टी उहनां दा विच कोई बहुता तलखा तां ना होवे, बहुता उहदा होवे जरूर, पर इदां नहीं बहुता नहीं विच इंटरफीयर करन नूं। ठीक है जी, शुक्रिया भाई साहब, बहुत सारा ना गल खैरे नूं नाल लैके जाणा चाहीदा, खैरे दे बिना इहनां दे आम आदमी च इह छोटेपुर वी तां ठीक आ, पर खैरे दे बिना बंदा नहीं कोई दीदा तां दा नहीं। यह गल है जी, खैरा और सारा पोलीटिकल इन्हों का चल रही है जो टसल, तुहानू पता आम आदमी पार्टी का किस तरह सर्वाइवल की टसल चलती पई है, जिहड़े लीडरां नूं लैके आए वो सारे ईगो कलैशिज के चक्कर च हो गया कि जी मैनू हटाता, मैनू यह पोस्ट नहीं मिली, जिहड़ी आम आदमी पार्टी शुरू च कहिंदी सी असीं पावर नहीं चाहिए, सानू पैसा नहीं चाहिए, सानू कोई ओहदा नहीं चाहिए, उहो केजरीवाल के उत्ते बाद च लग्या कि उन्होंने सिक्योरिटी लई वड्डा बंगला लिया, और जिहड़ी नीली वैगन कार जिहड़ी हुंदी वैगन आर कार हुंदी सी उन्होंने बड़ी मशहूर हुंदी सी, और जिहड़े वह चप्पल पा के चलते, हुण थोड़े दिन पहले एक पिक्चर आई सी सियोल तो एक फोटो किसी तो उन्होंने पार्टी के लीडर ने किए कि जो अरविंद केजरीवाल ने बूट पाए हुए और पेंट शर्ट पाई हुई है, तो एक सियासत के जो वड्डे वड्डे दावे करके एक नवी तस्वीर एक नवा अक्स लियान का जो दावा अरविंद केजरीवाल ने आम आदमी पार्टी ने किया, सपने कद तक कदों तक पूरे होए या नहीं होए, और किस क्या वजह सी कि आम आदमी पार्टी जरा अपना मकसद तो भटक गई, तो अज वो जो झाड़ू है आम आदमी पार्टी का तीला तीला हों दिखाई दे रहा है। इस इंपॉर्टेंट टॉपिक पर इस मुद्दे पर अपना डिस्कशन असी जारी रखांगे एक छोटे जे ब्रेक तो बाद।